ਸਕਰੀਨ ਦੇ ਉੱਤੇ ਓਪਨ ਹੀ ਕਰਦੇ ਹਾਂ ਤਾਂ ਸਾਨੂੰ ਔਰਤ ਹੀ ਦਿਖਾਈ ਦਿੰਦੀ ਹੈ, ਚਾਹੇ ਉਹ ਰੀਲਸ ਦੇ ਰੂਪ ਦੇ ਵਿੱਚ ਹੋਵੇ, ਅਤੇ ਜੋ ਕੁਝ ਪਰੋਸਿਆ ਜਾ ਰਿਹਾ, ਦਿਖਾਇਆ ਜਾ ਰਿਹਾ, ਉਹ ਮਾਨਸਿਕਤਾ ਨੂੰ ਵੀ ਕਿਤੇ ਨਾ ਕਿਤੇ ਹਿੱਟ ਜ਼ਰੂਰ ਕਰਦਾ ਹੈ। ਸਮਾਜ ਦੇ ਅੰਦਰ ਜਿਹੜੀ ਔਰਤਾਂ ਦੇ ਪ੍ਰਤੀ ਸੋਚ ਆ ਕਿ ਉਹ ਇਹ ਨਹੀਂ ਕਿ ਇਕੱਲੀ ਇੱਕ ਥਾਂ ਦੇ ਉੱਤੇ ਆ, ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਉਹਦੀ ਰਿਫਲੈਕਸ਼ਨ ਤੁਹਾਨੂੰ ਹਰ ਖੇਤਰ ਦੇ ਵਿੱਚ ਮਿਲੂ। ਔਰਤਾਂ ਦੇ ਅੰਗਾਂ ਤੋਂ ਬਿਨਾਂ ਜਾਂ ਕੋਈ ਚੱਜ ਦੀ ਗੱਲ ਤਾਂ ਸਾਨੂੰ ਬਹੁਤ ਘੱਟ ਇੱਦਾਂ ਦੇ ਗਾਇਕ ਨੇ ਜਿਨ੍ਹਾਂ ਦੀ ਗੱਲ ਦੇ ਵਿੱਚ ਕੁਛ ਔਰਤਾਂ ਨੂੰ ਇੱਕ ਮਨੁੱਖ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੋਵੇ। ਅਕਸਰ ਅਸੀਂ ਧੀਆਂ ਵਾਸਤੇ ਵਰਤਦੇ ਸੀਗੇ ਉਹਨੂੰ ਆਵਾਜ਼ ਮਾਰਨੀ ਤਾਂ ਨੀ ਕਹਿਣਾ, ਨਿਕੁੜੇ ਗੱਲ ਸੁਣ, ਅਤੇ ਉਹ ਸ਼ਬਦ ਵੀ ਹੁਣ ਇੱਕ ਆਪਣੀ ਪ੍ਰੇਮਿਕਾ ਵਾਸਤੇ ਜਾਂ ਫਿਰ ਗੀਤਾਂ ਦੇ ਵਿੱਚ ਉਸ ਤਰ੍ਹਾਂ ਯੂਜ਼ ਹੋਣ ਲੱਗ ਪਏ ਨੇ, ਜਿਹੜੇ ਆਮ ਜਿਹੜੇ ਹੁਣ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਸ਼ਬਦ ਨੇ ਜਿਹੜੇ ਇਹ ਇਹਨਾਂ ਵਾਸਤੇ ਬਣੇ ਸੀ। ਜੇਕਰ ਇੱਕ ਕਲਾਸ ਦੇ ਵਿੱਚ 70 ਬੱਚੇ ਨੇ ਤਾਂ ਉਹਦੇ ਵਿੱਚ 20 ਮੁੰਡੇ ਹੋਣਗੇ, ਬਾਕੀ 50 ਕੁੜੀਆਂ ਹੋਣਗੀਆਂ, ਤਾਂ ਫੇਰ ਬਰਾਬਰਤਾ ਦੀ ਗੱਲ ਕਿੱਥੇ ਰਹਿ ਜਾਂਦੀ ਹੈ? ਕੁੜੀਆਂ ਤਾਂ ਸਗੋਂ ਮੁੰਡਿਆਂ ਨਾਲੋਂ ਅੱਗੇ ਨੇ। ਫੌਜ ਦੇ ਵਿੱਚ ਤਾਂ ਅਜੇ ਵੀ ਰੀਸੈਂਟ ਹੋਇਆ ਵੀ ਔਰਤ ਭਰਤੀ ਹੋ ਸਕਦੀਆਂ ਹੈਗੀਆਂ ਨੇ, ਹੈ ਨਾ। ਬਹੁਤ ਸਾਰੇ ਖੇਤਰ ਅਜੇ ਵੀ ਇਹੋ ਜਿਹੇ ਨੇ, ਇਲੈਕਟ੍ਰੀਸ਼ਨ ਆ, ਬਹੁਤ ਸਾਰੇ ਖੇਤਰ ਇੱਦਾਂ ਦੇ ਨੇ ਜਿੱਥੇ ਸਾਨੂੰ ਔਰਤਾਂ ਬਹੁਤ ਘੱਟ ਜਾਂ ਨਿਗੋਰੀ ਗਿਣਤੀ 'ਚ ਮਿਲਣਗੀਆਂ। ਪੜ੍ਹਨ ਲਿਖਣ ਦੇ ਵਿੱਚ ਜੇ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਸਾਬਤ ਕੀਤਾ, ਪਰ ਬਰਾਬਰਤਾ ਦਾ ਸਵਾਲ ਇਕੱਲਾ ਇਹ ਨਹੀਂ ਵੀ ਉਹ ਜ਼ਿਆਦਾ ਹੋ ਗਈਆਂ, ਅਤੇ ਇਸ ਕਰਕੇ ਬਰਾਬਰਤਾ ਹੀ ਹੈਗੀ ਆ। ਲਾਈਬ੍ਰੇਰੀ ਵਿੱਚ ਪੜ੍ਹਨ ਦਾ ਸਵਾਲ ਸੀਗਾ 24 ਘੰਟੇ, ਮੰਨ ਲਓ ਕਿ ਉਹ ਡਿਮਾਂਡ ਸੀ ਵੀ ਉਹ ਖੁੱਲ੍ਹੀ ਰਹਿਣੀ ਚਾਹੀਦੀ ਹੈ, ਸਾਡੇ ਕੋਲ ਵੀ ਹੱਕ ਹੋਵੇ ਕਿ ਅਸੀਂ ਵੀ ਰਾਤ ਨੂੰ ਲਾਈਬ੍ਰੇਰੀ 'ਚ ਬੈਠ ਕੇ ਪੜ੍ਹ ਸਕਦੇ ਹਾਂ। ਹਾਲ ਤਾਂ ਇਹ ਆ ਕਿ ਹੋਸਟਲਾਂ ਦੇ ਅੰਦਰ ਵੀ ਜਿਹੜੇ ਦਰਵਾਜ਼ੇ ਨੇ ਅਤੇ 12 ਵਜੇ ਤੋਂ ਬਾਅਦ ਉਹ ਵੀ ਬੰਦ ਹੋ ਜਾਂਦੇ ਆ। ਸਤਿ ਸ਼੍ਰੀ ਅਕਾਲ, ਸਾਡਾ ਖਾਸ ਪ੍ਰੋਗਰਾਮ ਗੱਲ ਸੱਚੀ ਹੈ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ, ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਵਿੱਚ ਵੱਖ ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਅਤੇ ਮੁੱਦੇ ਜੁੜੇ ਹੁੰਦੇ ਨੇ ਦੇਸ਼ ਨਾਲ, ਸਮਾਜ ਨਾਲ ਅਤੇ ਸਾਡੇ ਆਲੇ ਦੁਆਲੇ ਜੋ ਕੁਝ ਵਾਪਰ ਰਿਹਾ ਉਹਦੇ ਨਾਲ, ਅਤੇ ਅੱਜ ਦਾ ਮੁੱਦਾ ਵੀ ਖਾਸ ਹੈ। ਅੱਜ ਦਾ ਮੁੱਦਾ ਜੁੜਿਆ ਹੋਇਆ ਹੈ ਇਸਤਰੀਆਂ ਨਾਲ, ਮਹਿਲਾਵਾਂ ਨਾਲ, ਬੀਬੀਆਂ ਨਾਲ। ਉਹਨਾਂ ਦੀ ਕੀ ਸ਼ਮੂਲੀਅਤ ਆ, ਕਿੰਨਾ ਕੁ ਯੋਗਦਾਨ ਆ ਸਮਾਜ ਦੇ ਵਿੱਚ, ਅਤੇ ਉਹਨਾਂ ਨੂੰ ਕਿਸ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈ, ਕਿਹੋ ਜਿਹੇ ਉਹਨਾਂ ਨੂੰ ਅੱਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਅਤੇ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅੱਜ ਦੀ ਨਾਰੀ। ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਅਸੀਂ ਆਪਣੇ ਇਸ ਮੰਚ ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਹੈ ਮੈਡਮ ਅਮਨਦੀਪ ਕੌਰ ਹੋਰਾਂ ਨੂੰ, ਜੋ ਇਸਤਰੀ ਜਾਗਰਤੀ ਮੰਚ ਦੇ ਜਨਰਲ ਸਕੱਤਰ ਨੇ, ਵੱਡੇ ਅਹੁਦੇ ਦੇ ਉੱਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਲਗਾਤਾਰ ਸੈਮੀਨਾਰਸ ਦੇ ਵਿੱਚ ਜਾਂਦੇ ਨੇ, ਲਗਾਤਾਰ ਰੈਲੀਆਂ ਦੇ ਵਿੱਚ ਜਿੱਥੇ ਕਿਤੇ ਵੀ ਔਰਤਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ ਤਾਂ ਉੱਥੇ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਅਮਨ, ਸਵਾਗਤ ਹੈ ਜੀ ਤੁਹਾਡਾ। ਅਮਨ ਜੀ, ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਔਰਤ ਨੂੰ ਕਿਸ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈ ਉਹ ਵੀ ਇੱਕ ਬਹੁਤ ਵੱਡਾ ਸਵਾਲ ਹੈ, ਕਿਸ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਉਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਅਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਾਂਗੇ ਕਿ ਅੱਜ ਜਿਵੇਂ ਜਿਵੇਂ ਅਸੀਂ ਅੱਗੇ ਵੱਧ ਰਹੇ ਹਾਂ, ਹਰ ਹੱਥ ਦੇ ਵਿੱਚ ਮੋਬਾਈਲ ਆ ਚੁੱਕਿਆ, ਹਰ ਘਰ ਦੇ ਵਿੱਚ ਲੈਪਟੋਪ ਆ, ਕੰਪਿਊਟਰ ਆ, ਤਾਂ ਉਹਦੇ ਚੱਲਦਿਆਂ ਕੀ ਜਦੋਂ ਅਸੀਂ ਦੇਖਦੇ ਹਾਂ ਸਕਰੀਨ ਦੇ ਉੱਤੇ ਓਪਨ ਹੀ ਕਰਦੇ ਹਾਂ ਤਾਂ ਸਾਨੂੰ ਔਰਤ ਹੀ ਦਿਖਾਈ ਦਿੰਦੀ ਹੈ, ਚਾਹੇ ਉਹ ਰੀਲਸ ਦੇ ਰੂਪ ਦੇ ਵਿੱਚ ਹੋਵੇ, ਅਤੇ ਜੋ ਕੁਝ ਪਰੋਸਿਆ ਜਾ ਰਿਹਾ, ਦਿਖਾਇਆ ਜਾ ਰਿਹਾ, ਉਹ ਮਾਨਸਿਕਤਾ ਨੂੰ ਵੀ ਕਿਤੇ ਨਾ ਕਿਤੇ ਹਿੱਟ ਜ਼ਰੂਰ ਕਰਦਾ ਹੈ। ਅਤੇ ਜਿਹੜੇ ਸ਼ਬਦ
ਔਰਤਾਂ ਵਾਸਤੇ ਵਰਤੇ ਜਾਂਦੇ ਨੇ। ਹੁਣ ਇੱਕ ਨਾਮੀ ਗਾਇਕ ਦਾ ਗੀਤ ਵੀ ਆਇਆ, ਉਸ ਗੀਤ ਦੇ ਵਿੱਚ ਵੀ ਉਹਨੇ ਸ਼ਬਦ ਜਿਹੜੇ ਨੇ ਔਰਤ ਬਾਰੇ ਬੜੇ ਅਜੀਬ ਜਿਹੇ ਬੋਲ ਦਿੱਤੇ ਨੇ, ਤਾਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਬਿਲਕੁਲ, ਦੇਖੋ ਧਰਮਿੰਦਰ ਜੀ, ਜਿਵੇਂ ਸਾਡੀ ਆਰਗੇਨਾਈਜੇਸ਼ਨ ਨੇ ਪੰਜਾਬ ਦੇ ਅੰਦਰ ਜਿਹੜੀ ਗਾਇਕੀ ਆ, ਕਿ ਗਾਇਕੀ ਦੇ ਵਿੱਚ ਲੜਕੀਆਂ ਦੀ ਜਿਹੜੀ ਪੇਸ਼ਕਾਰੀ ਦਾ ਸਵਾਲ ਆ, ਇਹਨੂੰ ਅਸੀਂ ਪੰਜਾਬ ਦੇ ਅੰਦਰ ਉਠਾਇਆ, ਅਤੇ ਕੁਛ ਜਿਹੜੇ ਗਾਇਕ ਇਸ ਤਰ੍ਹਾਂ ਦੇ ਵੀ ਟਿੱਕ ਕੀਤੇ ਗਏ ਸਰਵੇ ਕਰਕੇ, ਜਿਹਦੇ ਵਿੱਚ ਕੁਛ ਗਾਇਕਾਂ ਦੇ ਨਾਮ ਆਏ, ਅਤੇ ਅਸੀਂ ਉਹਨਾਂ ਦਾ ਵਿਰੋਧ ਵੀ ਕੀਤਾ ਕਿ ਇਹ ਇਸ ਤਰ੍ਹਾਂ ਦੀ ਜਿਹੜੀ ਗਾਇਕੀ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ। ਮੰਨ ਲਓ ਹੁਣ ਜਿਹੜੇ ਗੀਤ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਗਾਇਕ ਨੇ ਸਿੱਧੇ ਰੂਪ ਦੇ ਵਿੱਚ ਔਰਤ ਨੂੰ ਇੱਕ ਜਾਨਵਰ ਦੇ ਤੌਰ ਦੇ ਉੱਤੇ ਬੁਲਾ ਕੇ ਸੰਬੋਧਿਤ ਹੋ ਕੇ ਆਪਣੇ ਆਪ ਨੂੰ ਚੰਗਾ ਦਿਖਾਉਣ ਲਈ ਉਹਨੂੰ ਨੀਵਾਂ ਦਿਖਾਇਆ ਹੈਗਾ ਆ। ਤਾਂ ਇਹ ਇੱਕ ਤਰ੍ਹਾਂ ਦੇ ਨਾਲ, ਕਿਉਂਕਿ ਸਮਾਜ ਦੇ ਅੰਦਰ ਜਿਹੜੀ ਔਰਤਾਂ ਦੇ ਪ੍ਰਤੀ ਸੋਚ ਆ ਕਿ ਉਹ ਇਹ ਨਹੀਂ ਕਿ ਇਕੱਲੀ ਇੱਕ ਥਾਂ ਦੇ ਉੱਤੇ ਆ, ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਉਹਦੀ ਰਿਫਲੈਕਸ਼ਨ ਤੁਹਾਨੂੰ ਹਰ ਖੇਤਰ ਦੇ ਵਿੱਚ ਮਿਲੂਗੀ। ਅਤੇ ਜਿਹੜੀ ਕਲਾ ਆ, ਕਲਾ ਦੇ ਉੱਤੇ ਹਮੇਸ਼ਾ ਹੀ ਲਗਾਤਾਰ ਅਸੀਂ ਦੇਖਦੇ ਹਾਂ ਕਿ ਦੋ ਤਰ੍ਹਾਂ ਦੇ ਵਿਚਾਰ ਰਹੇ ਆ। ਬਹੁਤ ਸਾਰੇ ਲੋਕ ਸਮਝਦੇ ਆ ਕਿ ਕਲਾ ਦਾ ਸੰਬੰਧ ਆ ਮਨੋਰੰਜਨ, ਉਹ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਜੋ ਮਰਜ਼ੀ, ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ। ਪਰ ਦੂਜੇ ਪਾਸੇ ਇੱਕ ਹੋਰ ਗੱਲ ਆ ਕਿ ਕਲਾ ਦਾ ਸੰਬੰਧ ਸਮਾਜ ਦੇ ਨਾਲ ਆ, ਅਤੇ ਜਿਹੜੀ ਕਲਾ ਸਮਾਜ ਨੂੰ ਕੋਈ ਸੇਧ ਨਹੀਂ ਦਿੰਦੀ, ਤਾਂ ਇਹੋ ਜਿਹੀ ਕਲਾ ਜਿਹੜੀ ਆ ਉਹ ਕਲਾ ਦੀ ਸ਼੍ਰੇਣੀ 'ਚ ਨਹੀਂ ਆਉਂਦੀ। ਇੱਕ ਲੰਬੇ ਸਮੇਂ ਤੋਂ ਚੱਲਦੀ ਬਹਿਸ ਆ, ਅਤੇ ਅੱਜ ਵੀ ਆ। ਅੱਜ ਬਹੁਤ ਸਾਰੇ ਲੋਕ ਜਿਹੜੇ ਨੇ ਕਲਾ ਦੇ ਨਾਂ 'ਤੇ, ਕਲਾਕਾਰੀ ਦੇ ਨਾਂ ਦੇ ਉੱਤੇ ਇਸ ਤਰ੍ਹਾਂ ਦਾ ਕੁਛ ਪਰੋਸਦੇ ਆ, ਜਿਹਦੇ ਰਾਹੀਂ ਉਹ ਇੱਕ ਜਿਹੜਾ ਵਰਗ ਆ ਉਹਨੂੰ ਪੂਰੀ ਤਰ੍ਹਾਂ, ਉਹਨੂੰ ਕਹਿ ਲਈਏ ਕਿ ਉਹਨੂੰ ਘਟੀਆ ਜਾਂ ਉਹਨੂੰ ਬਹੁਤ ਹੇਠਲੇ ਪੱਧਰ ਤੱਕ ਲੈ ਜਾਂਦੇ ਆ। ਤਾਂ ਉਹਦੇ ਵਿੱਚ ਵੀ ਜਿਹੜਾ ਔਰਤਾਂ ਦੀ ਪੇਸ਼ਕਾਰੀ ਹੈ, ਵੈਸੇ ਤਾਂ ਪੰਜਾਬੀ ਗਾਇਕੀ ਨੂੰ ਜੇ ਅਸੀਂ ਦੇਖਦੇ ਹਾਂ ਤਾਂ ਉਹਦੇ ਵਿੱਚ ਔਰਤਾਂ ਦੇ ਅੰਗਾਂ ਤੋਂ ਬਿਨਾਂ ਜਾਂ ਕੋਈ ਚੱਜ ਦੀ ਗੱਲ, ਤਾਂ ਸਾਨੂੰ ਬਹੁਤ ਘੱਟ ਇੱਦਾਂ ਦੇ ਗਾਇਕ ਨੇ ਜਿਨ੍ਹਾਂ ਦੀ ਗੱਲ ਦੇ ਵਿੱਚ ਕੁਛ ਔਰਤਾਂ ਨੂੰ ਇੱਕ ਮਨੁੱਖ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੋਵੇ, ਨਹੀਂ ਤਾਂ ਉਹਨਾਂ ਨੂੰ ਸਿਰਫ ਇੱਕ ਅੰਗਾਂ ਦੇ ਤੌਰ ਦੇ ਉੱਤੇ ਹੀ, ਇੱਕ ਚੀਜ਼ਾਂ ਦੇ ਤੌਰ 'ਤੇ ਹੀ ਪੇਸ਼ ਕੀਤਾ ਜਾਂਦਾ ਹੈਗਾ ਆ। ਅਤੇ ਇਹ ਗੀਤ ਵੀ ਇੱਕ ਤਰ੍ਹਾਂ ਦੇ ਨਾਲ ਉਹਦੇ ਵਿੱਚ ਹੀ ਜਿਹੜੀ ਉਹ ਥਿੰਕਿੰਗ ਆ ਉਹਦੇ ਵਿੱਚ ਹੀ ਇਹ ਵਾਧਾ ਕਰਦਾ ਹੈਗਾ। ਬਿਲਕੁਲ ਜੀ ਅਮਨ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਸ਼ਬਦ ਹੁੰਦੇ ਸੀਗੇ ਸਾਡੇ ਘਰਾਂ ਦੇ ਵਿੱਚ, ਅਕਸਰ ਅਸੀਂ ਧੀਆਂ ਵਾਸਤੇ ਵਰਤਦੇ ਸੀਗੇ, ਉਹਨੂੰ ਆਵਾਜ਼ ਮਾਰਨੀ ਤਾਂ ਨਹੀਂ ਕਹਿਣਾ, ਨਿਕੁੜੇ ਗੱਲ ਸੁਣ, ਅਤੇ ਉਹ ਸ਼ਬਦ ਵੀ ਹੁਣ ਇੱਕ ਆਪਣੀ ਪ੍ਰੇਮਿਕਾ ਵਾਸਤੇ ਜਾਂ ਫਿਰ ਗੀਤਾਂ ਦੇ ਵਿੱਚ ਉਸ ਤਰ੍ਹਾਂ ਯੂਜ਼ ਹੋਣ ਲੱਗ ਪਏ ਨੇ, ਜਿਹੜੇ ਆਮ ਜਿਹੜੇ ਹੁਣ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਸ਼ਬਦ ਨੇ ਜਿਹੜੇ ਇਹ ਇਹਨਾਂ ਵਾਸਤੇ ਹੀ ਬਣੇ ਸੀ। ਇਸ ਤਰ੍ਹਾਂ ਨਹੀਂ ਹੈ ਵੀ ਉਹ ਸ਼ਬਦ ਇਹਨਾਂ ਵਾਸਤੇ ਹੀ ਬਣੇ ਸੀਗੇ, ਕਿ ਵੇਖੋ ਭਾਸ਼ਾ ਵੀ ਜਿਹੜੀ ਆ ਨਾ ਉਹ ਸਮਾਜ ਦੀ ਥਿੰਕਿੰਗ ਕਿਸ ਤਰ੍ਹਾਂ ਦੀ ਆ ਉਹਦੇ ਨਾਲ ਹੀ ਜੁੜੀ ਹੋਈ ਆ। ਮੰਨ ਲਓ ਕਿ ਕਈ ਵਾਰੀ ਜੇ ਕਿਸੇ ਦੀ ਤਾਕਤ ਦੀ ਗੱਲ ਆਉਂਦੀ ਆ, ਤਾਂ ਤਾਕਤ ਦਾ ਸੰਬੰਧ ਮਰਦਾਨਾ ਹੀ ਸਮਝਿਆ ਜਾਂਦਾ ਵੀ ਜੇ ਤਾਕਤ ਦੀ ਗੱਲ ਹੋਊਗੀ ਤਾਂ ਉਹ ਮਰਦਾਵੀ ਹੋਊਗੀ, ਤਾਕਤ ਦਾ ਸੰਬੰਧ ਔਰਤਾਂ ਦੇ ਨਾਲ ਨਹੀਂ। ਜਿਵੇਂ ਮੰਨ ਲਓ ਕਿ ਇੱਕ ਗੱਲ ਆਉਂਦੀ ਆ ਕਿ ਖੂਬ ਲੜੀ ਮਰਦਾਨੀ ਵੋ ਝਾਂਸੀ ਵਾਲੀ ਰਾਣੀ ਸੀ, ਵੀ ਲੜੀ ਤਾਂ ਉਹ ਇੱਕ ਔਰਤ ਆ ਪਰ ਉਹ ਮਰਦਾਨੀ ਆ, ਯਾਨੀ ਕਿ ਉਹਦਾ ਗੁਣ ਆਪਣਾ ਔਰਤਾਂ ਵਾਲਾ ਨਹੀਂ ਹੋ ਸਕਦਾ, ਉਹ ਬੰਦਿਆਂ ਦਾ। ਇਸ ਕਰਕੇ ਇਹ ਕੋਈ ਭਾਸ਼ਾ ਵੀ ਜਿਹੜੀ ਉਹ ਸਮਾਜ ਦੇ ਨਾਲ ਹੀ ਜੁੜੀ ਹੋਈ ਆ, ਇਹ ਉਸ ਤੋਂ ਅਸੀਂ ਤੋੜ ਕੇ ਨਹੀਂ ਦੇਖ ਸਕਦੇ ਹੈਗੇ ਕਿ ਇਹ ਵੀ ਮੰਨ ਲਓ ਕਿ ਇਹ ਕੁੜੀਆਂ ਵੀ ਮੰਨ ਲਓ ਮਨੁੱਖ ਦੀ ਸ਼੍ਰੇਣੀ 'ਚ ਆਉਂਦੀਆਂ, ਤਾਂ ਉਹਨਾਂ ਲਈ ਵੀ ਅਸੀਂ ਉਹੀ ਭਾਸ਼ਾ ਵਰਤਾਂਗੇ ਜਿਹੜੀ ਸਾਡੇ ਬੰਦਿਆਂ ਵਾਸਤੇ ਆ। ਪਰ ਇਸ ਕਰਕੇ ਜਦੋਂ ਸਮਾਜ ਵਿੱਚ ਇੱਕ ਡਿਫਰੈਂਸ ਆ ਔਰਤ ਅਤੇ ਮਰਦ ਦਾ ਸਮਾਜ ਨੇ ਕੀਤਾ ਹੋਇਆ ਕਿ ਮਰਦ ਸੁਪਰੀਮ ਆ ਅਤੇ ਜਿਹੜੀ ਔਰਤ ਆ ਉਹ ਸੁਪਰੀਮ ਨਹੀਂ ਹੈ, ਉਹ ਦੂਜੇ ਨੰਬਰ ਦੀ ਮਨੁੱਖ ਆ, ਤਾਂ ਫਿਰ ਭਾਸ਼ਾ ਦੇ ਵਿੱਚ ਵੀ ਉਹ ਸਾਨੂੰ ਸਾਰਾ ਕੁਛ ਦਿਖਦਾ ਆ, ਅਤੇ ਉਹ ਚਾਹੇ ਗੀਤ ਹੋਣ ਚਾਹੇ ਸਾਡੀਆਂ ਬੋਲੀਆਂ ਹੋਣ, ਜੋ ਕੁਛ ਵੀ ਅਸੀਂ ਆਲੇ ਦੁਆਲੇ ਦੇਖਦੇ ਹਾਂ ਰੀਲਾਂ ਦੇ ਵਿੱਚ ਵੀ, ਤਾਂ ਉਹ ਸਾਰੇ ਕਿਤੇ ਜਿਹੜਾ ਉਹ ਸਾਨੂੰ ਨਜ਼ਰ ਆਉਂਦਾ ਹੈ ਜੀ। ਬਿਲਕੁਲ, ਪਰ ਤੁਸੀਂ ਕੀ ਮੰਨਦੇ ਹੋ, ਜਿੰਨੀ ਕੁ
ਆਵਾਜ਼ ਬੁਲੰਦ ਹੁੰਦੀ ਹੈ, ਜਿੰਨੇ ਕੁ ਲੋਕ ਔਰਤ ਦੇ ਹੱਕ ਦੇ ਵਿੱਚ ਆਉਂਦੇ ਨੇ ਜਾਂ ਫਿਰ ਔਰਤਾਂ ਖੁਦ ਆਪਣੇ ਆਪ ਨੂੰ ਜਾ ਕੇ ਅੱਗੇ ਦਿਖਾਉਂਦੀਆਂ ਨੇ, ਆਪਣੇ ਵਰਚਸਵ ਦੀ ਗੱਲ ਕਰਦੀਆਂ ਨੇ, ਦਬਦਬੇ ਦੀ ਗੱਲ ਕਰਦੀਆਂ ਨੇ, ਅਕਸਰ ਆਪਾਂ ਜਦੋਂ ਦਫ਼ਤਰਾਂ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਔਰਤਾਂ ਹੁੰਦੀਆਂ ਨੇ। ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਵੀ ਜਿਹੜਾ ਗ੍ਰਾਫ ਆ, ਉਦਾਹਰਣ ਆਪਾਂ ਪੰਜਾਬੀ ਯੂਨੀਵਰਸਿਟੀ ਦੀ ਲੈ ਲਈਏ ਤਾਂ ਜੇਕਰ ਇੱਕ ਕਲਾਸ ਦੇ ਵਿੱਚ 70 ਬੱਚੇ ਨੇ ਤਾਂ ਉਹਦੇ ਵਿੱਚ 20 ਮੁੰਡੇ ਹੋਣਗੇ, ਬਾਕੀ 50 ਕੁੜੀਆਂ ਹੋਣਗੀਆਂ, ਤਾਂ ਫੇਰ ਬਰਾਬਰਤਾ ਦੀ ਗੱਲ ਕਿੱਥੇ ਰਹਿ ਜਾਂਦੀ ਹੈ? ਕੁੜੀਆਂ ਤਾਂ ਸਗੋਂ ਮੁੰਡਿਆਂ ਨਾਲੋਂ ਅੱਗੇ ਨੇ। ਦੇਖੋ, ਇਹਦਾ ਸਵਾਲ ਸਿਰਫ ਅਸੀਂ ਇੱਥੋਂ ਨਹੀਂ ਲਗਾ ਸਕਦੇ ਵੀ ਕੁੜੀਆਂ ਇੱਥੇ ਜ਼ਿਆਦਾ ਨੇ, ਅਸੀਂ ਇੱਕ ਦੋ ਉਦਾਹਰਣਾਂ ਦੇ ਨਾਲ ਨਹੀਂ ਕਹਿ ਸਕਦੇ। ਮੰਨ ਲਓ ਕਿ ਜਿੰਨੇ ਵੀ ਸਾਡੇ ਸਮਾਜ ਦੇ ਖੇਤਰ ਨੇ, ਕੀ ਉਹਨਾਂ ਸਾਰਿਆਂ ਥਾਵਾਂ ਦੇ ਉੱਤੇ ਸਾਡੀਆਂ ਔਰਤਾਂ ਦੀ ਗਿਣਤੀ ਬਰਾਬਰ ਆ? ਅੱਜ ਫੌਜ ਦੇ ਵਿੱਚ ਦੇਖੀਏ, ਅੱਜ ਪੁਲਿਸ ਦੇ ਵਿੱਚ ਦੇਖੀਏ, ਠੀਕ ਆ, ਫੌਜ ਦੇ ਵਿੱਚ ਤਾਂ ਅਜੇ ਵੀ ਰੀਸੈਂਟ ਹੋਇਆ ਵੀ ਔਰਤ ਭਰਤੀ ਹੋ ਸਕਦੀਆਂ ਹੈਗੀਆਂ ਨੇ, ਹੈ ਨਾ। ਬਹੁਤ ਸਾਰੇ ਖੇਤਰ ਅਜੇ ਵੀ ਇਹੋ ਜਿਹੇ ਨੇ, ਇਲੈਕਟ੍ਰੀਸ਼ਨ ਆ, ਬਹੁਤ ਸਾਰੇ ਖੇਤਰ ਇੱਦਾਂ ਦੇ ਨੇ ਜਿੱਥੇ ਸਾਨੂੰ ਔਰਤਾਂ ਬਹੁਤ ਘੱਟ ਜਾਂ ਨਿਗੋਣੀ ਗਿਣਤੀ 'ਚ ਮਿਲਣਗੀਆਂ, ਠੀਕ ਹੈ। ਪਰ ਫਿਰ ਵੀ ਐਂ ਆ ਕਿ ਜੇ ਅਸੀਂ ਕਹਿੰਦੇ ਹਾਂ ਕਿ ਐਜੂਕੇਸ਼ਨ ਦੇ ਵਿੱਚ, ਕਿਉਂਕਿ ਐਜੂਕੇਸ਼ਨ ਦਾ ਸੰਬੰਧ, ਕਿਉਂਕਿ ਅੱਜ ਜਿਹੜੀ ਟੀਚਰ ਆ, ਇੱਕ ਸਮਾਂ ਇਹ ਸੀ ਕਿ ਸਵਿਤਰੀ ਬਾਈ ਫੂਲੇ ਵਰਗਿਆਂ ਨੂੰ ਲੜਕੀਆਂ ਦੀ ਪੜ੍ਹਾਈ ਦੇ ਲਈ ਸਟਰਗਲ ਕਰਨੀ ਪਈ, ਆਪਣੇ 'ਤੇ ਬਹੁਤ ਸਾਰਾ ਕੁਛ ਝੱਲਣਾ ਪਿਆ, ਪਰ ਅੱਜ ਸਭ ਤੋਂ ਜ਼ਿਆਦਾ ਬੈਟਰ ਜਿਹੜਾ ਆਪਾਂ ਕਹਿੰਦੇ ਹਾਂ ਕਿ ਕੀਤਾ, ਉਹ ਔਰਤ ਲਈ ਟੀਚਿੰਗ ਪ੍ਰੋਫੈਸ਼ਨ ਮੰਨਿਆ ਜਾਂਦਾ, ਕਿਉਂਕਿ ਉਹਦੇ ਵਿੱਚ ਇਹ ਆ ਕਿ ਜਿਹੜਾ ਸਾਡੇ ਸਮਾਜ ਦਾ ਡੈਕੋਰਮ ਆ ਫੈਮਿਲੀ ਦਾ, ਕਿ ਉਸ ਫੈਮਿਲੀ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹ ਸਵੇਰ ਤੋਂ ਜਾ ਕੇ ਸ਼ਾਮ ਨੂੰ ਵਾਪਸ ਆ ਸਕਦੀਆਂ ਨੇ, ਤੇ ਉਹ ਸਭ ਤੋਂ ਜ਼ਿਆਦਾ ਸਾਡੇ ਪਰਿਵਾਰਕ ਸਿਸਟਮ ਨੂੰ ਫਿੱਟ ਬੈਠਦਾ ਆ, ਇਸ ਕਰਕੇ ਉਹ ਉਸ ਤਰ੍ਹਾਂ ਦੇ ਖੇਤਰ ਵਿੱਚ ਕੁੜੀਆਂ ਨੂੰ ਜ਼ਿਆਦਾ। ਦੂਸਰਾ, ਕੁੜੀਆਂ ਮੁੰਡੇ ਜਿਹੜੇ ਆ ਹੋਰ ਬਹੁਤ ਸਾਰੇ ਖੇਤਰਾਂ ਦੇ ਵਿੱਚ ਚਲੇ ਜਾਂਦੇ ਆ, ਪਹਿਲਾਂ ਹੀ ਪਲੱਸ ਟੂ ਤੋਂ ਬਾਅਦ ਕੋਈ ਕਿੱਤਾ ਮੁਖੀ 'ਚ ਚਲਿਆ ਜਾਂਦਾ ਹੋਰ ਆ, ਤਾਂ ਲੜਕੀਆਂ ਨੂੰ ਇਸ ਤਰ੍ਹਾਂ ਦੇ ਖੇਤਰ 'ਚ ਜ਼ਿਆਦਾ ਭੇਜਿਆ ਜਾਂਦਾ। ਪੜ੍ਹਨ ਲਿਖਣ ਦੇ ਵਿੱਚ ਜੇ ਉਹਨਾਂ ਨੂੰ ਮੌਕਾ ਮਿਲਿਆ, ਉਹਨਾਂ ਨੇ ਸਾਬਤ ਕੀਤਾ। ਪਰ ਬਰਾਬਰਤਾ ਦਾ ਸਵਾਲ ਇਕੱਲਾ ਇਹ ਨਹੀਂ ਵੀ ਉਹ ਜ਼ਿਆਦਾ ਹੋ ਗਈਆਂ, ਅਤੇ ਇਸ ਕਰਕੇ ਬਰਾਬਰਤਾ ਹੀ ਹੈਗੀ ਆ। ਤਾਂ ਜੇ ਅਸੀਂ ਐਵੇਂ ਦੇਖੀਏ ਤਾਂ ਹੋਸਟਲਾਂ ਦੇ ਵਿੱਚ ਜਿਹੜੀਆਂ ਲੜਕੀਆਂ ਨੇ, ਹੋਸਟਲ ਬਹੁਤ ਥੋੜ੍ਹੇ, ਉੱਥੇ ਜਿੰਨੀ ਗਿਣਤੀ ਆ, ਜੇ ਬਰਾਬਰਤਾ ਦਾ ਸਵਾਲ ਆ ਕਿ ਉਹਨਾਂ ਨੂੰ ਸਹੂਲਤਾਂ ਸਭ ਬਰਾਬਰ ਮਿਲਦੀਆਂ ਨੇ, ਠੀਕ ਆ, ਉਹ ਪੜ੍ਹਨ ਲਈ ਤਾਂ ਆ ਗਈਆਂ, ਉਹਦੇ ਲਈ ਪੇ ਕਰਦੀਆਂ, ਸਭ ਕੁਛ ਕਰਦੀਆਂ ਹੈਗੀਆਂ ਨੇ, ਪਰ ਜਦੋਂ ਸਹੂਲਤ ਦਾ ਸਵਾਲ ਆਉਂਦਾ ਉਦੋਂ ਤਾਂ ਉਹ ਫਿਰ ਵੀ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਨਾਲ ਇੱਕ ਵਿਤਕਰਾ ਪਿਆ ਹੈਗਾ ਆ, ਅਤੇ ਉਹ ਚਾਹੇ ਪੜ੍ਹਨ ਲਿਖਣ ਦਾ ਮਾਮਲਾ, ਤੁਹਾਡੇ ਸਾਹਮਣੇ ਯੂਨੀਵਰਸਿਟੀ ਦੀ ਉਦਾਹਰਣ ਕਿ ਲਾਇਬ੍ਰੇਰੀ ਵਿੱਚ ਪੜ੍ਹਨ ਦਾ ਸਵਾਲ ਸੀਗਾ, 24 ਘੰਟੇ ਮੰਨ ਲਓ ਕਿ ਉਹ ਡਿਮਾਂਡ ਸੀ ਵੀ ਉਹ ਖੁੱਲ੍ਹੀ ਰਹਿਣੀ ਚਾਹੀਦੀ, ਸਾਡੇ ਕੋਲ ਵੀ ਹੱਕ ਹੋਵੇ ਕਿ ਅਸੀਂ ਵੀ ਰਾਤ ਨੂੰ ਲਾਇਬ੍ਰੇਰੀ 'ਚ ਬੈਠ ਕੇ ਪੜ੍ਹ ਸਕਦੇ ਹਾਂ। ਹਾਲਤ ਇਹ ਆ ਕਿ ਹੋਸਟਲਾਂ ਦੇ ਅੰਦਰ ਵੀ ਜਿਹੜੇ ਦਰਵਾਜ਼ੇ ਨੇ ਅਤੇ 12 ਵਜੇ ਤੋਂ ਬਾਅਦ ਉਹ ਵੀ ਬੰਦ ਹੋ ਜਾਂਦੇ ਆ, ਇਸ ਕਰਕੇ ਅਸੀਂ ਇਕੱਲੀ ਇਹ ਬਰਾਬਰਤਾ ਨਹੀਂ ਕਹਿ ਸਕਦੇ ਕਿ ਉਹ ਆ ਗਈਆਂ ਆ, ਉਸ ਤੋਂ ਬਾਅਦ, ਉਸ ਦੇ ਆਉਣ ਤੋਂ ਬਾਅਦ ਵੀ ਉਹਨਾਂ ਨੂੰ ਕਿੰਨੀ ਸਟਰਗਲ ਕਰਨੀ ਪੈਂਦੀ ਆ, ਇਸ ਕਰਕੇ ਬਰਾਬਰਤਾ ਹਰ ਮਿਆਰ ਦੇ ਉੱਤੇ ਹੋਣੀ ਜ਼ਰੂਰੀ ਹੈਗੀ ਜੀ। ਅਮਨ, ਤੁਸੀਂ ਲਗਾਤਾਰ ਮਹਿਲਾਵਾਂ ਨੂੰ, ਔਰਤਾਂ ਨੂੰ ਜਾਗਰੂਕ ਵੀ ਕਰਦੇ ਹੋ, ਇਸਤਰੀ ਜਾਗਰਤੀ ਮੰਚ ਹੈ, ਤੁਸੀਂ ਉਹਦੇ ਵਿੱਚ ਵੱਡੇ ਅਹੁਦੇ 'ਤੇ ਹੋ, ਤੁਸੀਂ ਪਿੰਡਾਂ ਦੇ ਵਿੱਚ ਵੀ ਜਾਂਦੇ ਹੋ, ਵੱਖ ਵੱਖ ਵਰਗ ਜਿਹੜੇ, ਚਾਹੇ ਉਹ ਕੋਈ ਆਸ਼ਾ ਵਰਕਰ ਹੋਣ, ਚਾਹੇ ਉਹ ਮਿਡ ਡੇ ਮੀਲ ਵਰਕਰ ਹੋਣ ਜਾਂ ਫਿਰ ਮਹਿਲਾ ਮੁਲਾਜ਼ਮ ਹੋਣ, ਉਹ ਆਪਣੇ ਹੱਕਾਂ ਲਈ ਜਦੋਂ ਵੀ ਪ੍ਰੋਟੈਸਟ ਕਰਦੀਆਂ ਨੇ, ਕਿਸਾਨ ਬੀਬੀਆਂ ਹੋ ਗਈਆਂ, ਤੁਸੀਂ ਵੱਧ ਚੜ੍ਹ ਕੇ ਸ਼ਮੂਲੀਅਤ ਕਰਦੇ ਹੋ ਉਹਦੇ ਵਿੱਚ, ਪਰ ਇਸ ਸਭ ਦੇ ਬਾਵਜੂਦ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਕੁ ਦੇਰ ਇਹ ਸੰਘਰਸ਼ ਚੱਲਦਾ ਰਹੇਗਾ? ਕਿੱਥੇ ਕੁ ਅਜੇ ਸਰਕਾਰਾਂ ਦੀ ਸੋਚ ਖੜੀ ਹੈ, ਕਿੱਥੇ ਕੁ ਸਾਡਾ ਜਿਹੜਾ ਜਿਹਨੂੰ ਪੁਰਸ਼ ਪ੍ਰਧਾਨ ਸਮਾਜ ਕਿਹਾ ਜਾਂਦਾ ਉਹਦੀ ਸੋਚ ਖੜੀ ਹੈ? ਦੇਖੋ, ਪਹਿਲੀ ਚੀਜ਼ ਤਾਂ ਇਹ ਹੈ ਕਿ ਇਸ ਪੁਰਸ਼ ਪ੍ਰਧਾਨ ਸਮਾਜ ਦਾ ਆਧਾਰ ਕੀ ਹੈ? ਇਸ ਦੇ ਵਿੱਚ ਦੋ ਤਰ੍ਹਾਂ ਦੀ ਚੀਜ਼ ਆ, ਇੱਕ ਤਾਂ ਹੈਗੀ ਆ ਕਿ ਆਰਥਿਕ ਤੌਰ 'ਤੇ ਜਿਹੜਾ ਸਾਡੇ ਸਮਾਜ ਦੇ ਵਿੱਚ ਅਸਾਵਾਂ ਪਾਣਾ, ਉਹ ਔਰਤ ਮਰਦ ਦੇ ਤੌਰ 'ਤੇ ਵੀ ਆ, ਅਤੇ ਉਹ
ਸਮਾਜ ਦੇ ਵਿੱਚ ਵਰਗਾਂ ਦੇ ਤੌਰ ਤੇ ਵੀ ਉਹ ਬਹੁਤ ਸਾਰੇ ਬੰਦੇ ਇਹੋ ਜਿਹੇ ਆ ਜਿਹੜੇ ਮਤਲਬ ਬਿਲਕੁਲ ਉਹਨਾਂ ਕੋਲ ਇਕਨੋਮਿਕ ਕੋਈ ਤਾਕਤ ਨਹੀਂ। ਜੇ ਅਸੀਂ ਸਾਡੇ ਸਮਾਜ ਦੇ ਦਲਿਤ ਵਰਗ ਨੂੰ ਦੇਖਦੇ ਹਾਂ ਤਾਂ ਉਹ ਇੱਕ ਤਰ੍ਹਾਂ ਦੇ ਨਾਲ ਇਸ ਮੁਲਕ ਦਾ ਜਿੰਨੇ ਵੀ ਆਰਥਿਕ ਸਾਧਨ ਨੇ ਉਹਨਾਂ ਤੋਂ ਬਾਹਰ ਨੇ। ਇੱਕ ਵਿਤਕਰਾ ਤਾਂ ਇਹ ਪਿਆ, ਉਸ ਤੋਂ ਬਾਅਦ ਦਾ ਵਿਤਕਰਾ ਜਿਹੜਾ ਅਸੀਂ ਦੂਸਰਾ ਦੇਖਦੇ ਹਾਂ ਉਹ ਔਰਤ ਮਰਦ ਦੇ ਵਿੱਚ ਪਿਆ ਹੈਗਾ ਆ, ਠੀਕ ਆ। ਫਿਰ ਅਸੀਂ ਦੇਖਦੇ ਹਾਂ ਉਹ ਜਾਤਾਂ ਦੇ ਨਾਂ 'ਤੇ ਵੀ ਪਿਆ ਆ। ਤਾਂ ਇੱਕ ਤਾਂ ਇਹ ਜਿਹੜੀ ਆਰਥਿਕ ਨਾ ਬਰਾਬਰੀ ਆ ਇਹ ਆਧਾਰ ਬਣਦੀ ਆ ਜਿਹੜਾ ਇਸ ਸੋਚ ਨੂੰ ਸ਼ੈਲਟਰ ਕਰਨ ਦੇ ਲਈ। ਫਿਰ ਉਹਦੇ ਨਾਲ ਹੀ ਜੁੜੀ ਆ ਪਿੱਤਰ ਸੱਤਾ ਕਿ ਜਿਹੜਾ ਮੇਲ ਆ ਉਹ ਜਿਹੜਾ ਆ ਸੁਪਰੀਮ ਆ ਉਹ ਸਰਵਸ੍ਰੇਸ਼ਟ ਹੈਗਾ ਆ ਕਿਉਂਕਿ ਆਰਥਿਕਤਾ ਦੇ ਉੱਤੇ ਜਿਹੜਾ ਕਬਜ਼ਾ ਉਹਦਾ ਆ। ਤੁਸੀਂ ਅੱਜ ਦੇਖੋ ਕਿ ਜਦੋਂ ਕੋਈ ਕਿਸੇ ਪਰਿਵਾਰ 'ਚ ਦੋ ਕੁੜੀਆਂ ਨੇ ਤਾਂ ਜਦੋਂ ਉਹਨਾਂ ਨੂੰ ਵਿਆਹ ਦਾ ਸਵਾਲ ਆਉਂਦਾ, ਮੰਨ ਲਓ ਮੁੰਡਾ ਨਹੀਂ ਹੈ ਤਾਂ ਘਰ ਜਵਾਈ ਰੱਖਦੇ ਆ ਰੱਖਦੇ ਆ ਨਾ, ਕਿਉਂਕਿ ਸਵਾਲ ਪ੍ਰਾਪਰਟੀ ਦੇ ਨਾਲ ਜੁੜਿਆ ਹੋਇਆ। ਜਿੱਥੇ ਔਰਤਾਂ ਜਿਹੜੀਆਂ ਨੇ ਉਹ ਦੂਜੇ ਘਰ ਜਾਂਦੀਆਂ, ਉਹ ਇੱਕ ਤਰ੍ਹਾਂ ਦੇ ਨਾਲ ਪ੍ਰਾਪਰਟੀ ਨਾਲ ਜੁੜੇ ਹੋਏ ਰਿਸ਼ਤੇ ਹੈਗੇ ਨੇ। ਇਸ ਕਰਕੇ ਜਿਹੜੀ ਪਿੱਤਰ ਸੱਤਾ ਦਾ ਆਧਾਰ ਉਹ ਆਰਥਿਕ ਨਾ ਬਰਾਬਰੀ ਆ, ਉਸ ਨਾ ਬਰਾਬਰੀ ਦੇ ਉੱਤੇ ਪਿੱਤਰ ਸੱਤਾ ਰੱਖੀ ਜਾਂਦੀ ਆ ਤੇ ਉਹਦੇ ਵਿੱਚ ਔਰਤਾਂ ਨੂੰ ਘਟਾ ਕੇ ਬੰਦਿਆਂ ਨੂੰ ਵੱਧ ਕਰਕੇ ਉਹ ਸਾਰਾ ਸਾਡਾ ਕਲਚਰ ਕੀ ਸਭ ਕੁਛ ਉਹਦੇ ਨਾਲ ਜੁੜਿਆ ਹੋਇਆ। ਉਸ ਤਰ੍ਹਾਂ ਦੇ ਤਿਉਹਾਰ ਨੇ, ਤੁਸੀਂ ਦੇਖੋ ਰੱਖੜੀ ਕਿਹਨੂੰ ਉਚਿਆਉਂਦੀ ਆ, ਭਰਾ ਨੂੰ, ਵੀ ਭਰਾ ਹੋਣਾ ਜ਼ਰੂਰੀ ਆ, ਮੁੰਡਾ ਹੋਣਾ ਜ਼ਰੂਰੀ ਆ। ਕਰਵਾ ਚੌਥ ਕਿਹਨੂੰ ਉਚਿਆਉਂਦਾ ਆ, ਵੀ ਬੰਦੇ ਦੀ ਜੇ ਤੁਸੀਂ ਰਾਖੀ ਕਰਨੀ ਹੈ ਤਾਂ ਤੁਸੀਂ ਭੁੱਖੇ ਰਹੋਗੇ ਤਾਂ ਉਹ ਜਿਹੜਾ ਆ ਠੀਕ ਠਾਕ ਰਹਿ ਸਕਦਾ ਆ। ਇੱਦਾਂ ਬਹੁਤ ਸਾਰੇ ਵਰਤ ਰੱਖੇ ਜਾਂਦੇ ਨੇ, ਝੱਕਰਾ ਵੀ ਮੁੰਡੇ ਲਈ ਵਰਤ ਰੱਖਣਾ। ਤਾਂ ਇੱਦਾਂ ਦੀ ਜਿਹੜੀਆਂ ਸਾਰੀਆਂ ਰੀਤਾਂ ਰਸਮਾਂ ਨੇ, ਲੋਹੜੀ ਆ, ਉਹ ਸਾਰੀਆਂ ਦੀਆਂ ਸਾਰੀਆਂ ਮਰਦ ਨੂੰ ਉਚਿਆਉਂਦੀਆਂ ਨੇ। ਸਮਾਜ ਦੇ ਵਿੱਚ ਇਹ ਜਿਹੜਾ ਇਹ ਪੂਰੀ ਸੋਚ ਨੂੰ ਬਣਾ ਕੇ ਰੱਖਣ ਲਈ ਉੱਪਰ ਤੋਂ ਥੱਲੇ ਤੱਕ ਸਭ ਕੁਛ ਹੁੰਦਾ। ਚਾਹੇ ਅਸੀਂ ਕਹੀਏ ਕਿ ਇਹਨੂੰ ਕਿੰਨਾ ਵਕਤ ਲੱਗੂਗਾ, ਜਿੰਨੀ ਦੇਰ ਤੱਕ ਲੜਕੀਆਂ ਜਿਨ੍ਹਾਂ ਦੇ ਨਾਲ ਇਹ ਧੱਕਾ ਹੁੰਦਾ, ਜਿੰਨੀ ਦੇਰ ਤੱਕ ਉਹ ਆਪਣੀ ਲੜਾਈ ਨੂੰ ਲੈ ਕੇ ਅੱਗੇ ਨਹੀਂ ਆਉਂਦੀਆਂ ਤਾਂ ਉਨੀ ਦੇਰ ਤੱਕ ਇਹ ਲੜਾਈ ਨੂੰ ਕਿਸੇ ਤਰ੍ਹਾਂ ਵੀ ਨਾਲ ਜਿੱਤਿਆ ਨਹੀਂ ਜਾ ਸਕਦਾ। ਸਮਾਜ ਦੇ ਵਿੱਚ ਬਰਾਬਰੀ ਦੀ ਲੜਾਈ ਨਹੀਂ ਆ ਸਕਦੀ, ਕਿਉਂਕਿ ਤੁਸੀਂ ਇਹ ਦੇਖੋ ਕਿ ਜਿਹੜੀਆਂ ਸਾਡੀਆਂ ਲੜਕੀਆਂ, ਮੰਨ ਲਓ ਆਪਾਂ ਕਿਸਾਨੀ ਦੀ ਗੱਲ ਕਰਦੇ ਹਾਂ ਕਿ ਕਿਸਾਨੀ ਜਦੋਂ ਆਪਣੇ ਮਸਲਿਆਂ ਨੂੰ ਲੈ ਕੇ ਤੁਰੀ, ਪਹਿਲੀ ਲੜਾਈ ਉਹਨਾਂ ਨੇ ਸ਼ੁਰੂ ਕੀਤੀ ਤਾਂ ਦੂਜੇ ਵਰਗ ਉਹਨਾਂ ਦੇ ਨਾਲ ਉਹਨਾਂ ਦੀ ਪਿੱਠ ਤੇ ਆਏ। ਜਦ ਅੱਜ ਵਿਤਕਰਾ ਸਾਡੇ ਨਾਲ ਆ, ਸਾਡੀਆਂ ਔਰਤਾਂ ਤੇ ਆਪਣੀਆਂ ਧੀਆਂ ਨੂੰ ਇਹ ਸਿਖਾ ਰਹੀਆਂ ਨੇ ਕਿ ਤੁਸੀਂ ਬੋਲਣਾ ਨਹੀਂ ਹੈਗਾ, ਤੁਹਾਡੇ ਨਾਲ ਜੇ ਕਿਤੇ ਗਲਤ ਹੁੰਦਾ ਤੁਸੀਂ ਚੁੱਪ ਰਹਿਣਾ ਆ, ਜੇ ਤੁਹਾਨੂੰ ਕੋਈ ਕੁਛ ਕਹਿ ਦਿੰਦਾ ਤੁਸੀਂ ਕੁਛ ਕਹਿਣਾ ਨਹੀਂ ਹੈ। ਜਦੋਂ ਸਾਡੀ ਪਰਵਰਿਸ਼ ਸ਼ੁਰੂ ਤੋਂ ਐਵੇਂ ਦੀ ਆ ਸਮਾਜ ਦੇ ਵਿੱਚ, ਉਹ ਮਾਵਾਂ ਵੀ ਕਰਦੀਆਂ, ਉਹ ਪੂਰਾ ਸਮਾਜ ਵੀ ਕਰਦਾ, ਕਿਉਂਕਿ ਮਾਵਾਂ ਵੀ ਉਸ ਸਿਸਟਮ ਦਾ ਹਿੱਸਾ ਨੇ। ਤੇ ਜਦੋਂ ਤੱਕ ਇਹ ਪਰਵਰਿਸ਼ ਇਦਾਂ ਦੀ ਆ, ਜਦੋਂ ਤੱਕ ਅਸੀਂ ਇਹ ਕਹਿਣਾ ਨਹੀਂ ਸਿੱਖਾਂਗੇ ਕਿ ਨਾ ਕਿ ਇਸ ਚੀਜ਼ ਦੇ ਖਿਲਾਫ ਸਾਨੂੰ ਬੋਲਣਾ ਪਊਗਾ, ਜਦੋਂ ਤੱਕ ਅਸੀਂ ਡਟਦੇ ਨਹੀਂ ਤਾਂ ਹੀ ਦੂਜਾ ਵਰਗ ਸਾਡੇ ਨਾਲ ਆਊਗਾ। ਪਹਿਲੀ ਲੜਾਈ ਸ਼ੁਰੂ ਕਰਨ ਲਈ ਸਾਡੀ ਲੋੜ ਆ ਕਿ ਸਾਨੂੰ ਖੜੇ ਹੋਣ ਦੀ ਲੋੜ ਆ। ਇਸ ਲਈ ਇਹ ਬਰਾਬਰੀ ਦੀ ਲੜਾਈ ਆ, ਇਹ ਕੋਈ ਐਂ ਨਹੀਂ ਕਿ ਬੰਦਿਆਂ ਨੂੰ ਦਬਾਉਣ ਦਾ ਮਾਮਲਾ ਆ। ਮਨੁੱਖ ਦੇ ਤੌਰ ਦੇ ਉੱਤੇ ਔਰਤ ਨਾਲ ਵੀ ਸਮਾਜ ਵਿੱਚ ਉਦਾਂ ਦਾ ਟ੍ਰੀਟਮੈਂਟ ਹੋਵੇ ਜਿੱਦਾਂ ਦਾ ਸਮਾਜ ਦੇ ਵਿੱਚ ਇੱਕ ਬੰਦੇ ਨਾਲ ਆ, ਪਰ ਇਹ ਸਮਾਜ ਤਾਂ ਹੈ ਹੀ ਹੈ ਸਾਵਾਂਪਣ, ਇੱਥੇ ਤਾਂ ਬਹੁਤ ਸਾਰੇ ਬੰਦਿਆਂ ਦੇ ਨਾਲ ਵੀ ਇੰਨਾ ਮਾੜਾ ਸਲੂਕ ਆ, ਪਰ ਫਿਰ ਵੀ ਅਸੀਂ ਕਹਿੰਦੇ ਹਾਂ ਕਿ ਸਮਾਜ 'ਚ ਔਰਤਾਂ ਦਾ ਦੂਜਾ ਦਰਜਾ। ਇਹ ਦਰਜੇ ਨੂੰ ਬਰਾਬਰੀ ਦੇ ਲਈ ਲਿਆਉਣ ਲਈ ਸਾਨੂੰ ਹਰ ਤਰ੍ਹਾਂ ਦੀ ਬਰਾਬਰੀ ਦੀ ਲੜਾਈ ਦੇ ਵਿੱਚ ਕੁੱਦਣਾ ਪਊਗਾ। ਜੀ ਬਿਲਕੁਲ, ਅਤੇ ਅਕਸਰ ਪਿੰਡਾਂ ਦੇ ਵਿੱਚ ਵੀ ਆਪਾਂ ਹਾਲਾਤ ਦੇਖਦੇ ਹਾਂ, ਜਿਹੜੇ ਲੋਕ ਸ਼ਹਿਰ ਦੇ ਵਿੱਚ ਰਹਿੰਦੇ ਨੇ ਜਾਂ ਕਿਸੇ ਵੱਡੇ ਕਸਬੇ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਹਾਲਾਤ ਔਰਤਾਂ ਦੇ ਥੋੜ੍ਹੇ ਜਿਹੇ ਸਹੀ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਉੱਥੇ ਸਹੂਲਤਾਂ ਮਿਲ ਜਾਂਦੀਆਂ ਨੇ, ਅਤੇ ਕੁਝ ਜਿਹੜੇ ਪੇਂਡੂ ਖੇਤਰ ਅਜਿਹੇ ਨੇ ਜਿਹੜੇ ਪਛੜੇ ਹੋਏ ਨੇ, ਉਹਨਾਂ ਦੇ ਵਿੱਚ ਤਾਂ ਜਿਹੜੀਆਂ ਸਹੂਲਤਾਂ ਨਾ ਦੇ ਬਰਾਬਰ ਹੁੰਦੀਆਂ ਨੇ, ਉਹਨਾਂ ਲਈ ਉੱਥੇ ਸਰਵਾਈਵ ਕਰਨਾ ਬੜਾ ਮੁਸ਼ਕਲ ਹੋ ਜਾਂਦਾ। ਇਸ ਸਭ ਦੇ ਚੱਲਦਿਆਂ ਉਹਨਾਂ
ਪਿੰਡਾਂ ਦੀ ਸਥਿਤੀ ਕਿਹੋ ਜਿਹੀ ਹੈ? ਤੁਸੀਂ ਪਿੰਡਾਂ ਦੇ ਵਿੱਚ ਵੀ ਜਾਂਦੇ ਹੋ ਕਿ ਜਿਹੜੀਆਂ ਔਰਤਾਂ ਘਰੇਲੂ ਨੇ, ਚਾਹੇ ਉਹ ਆਪਾਂ ਉੱਚ ਵਰਗ ਕਹਿ ਲਈਏ ਕਿਉਂਕਿ ਜ਼ਿੰਮੀਦਾਰ ਹੋ ਗਿਆ ਉਹਨਾਂ ਦੇ ਘਰਾਂ ਦੇ ਵਿੱਚ ਨੇ, ਜਾਂ ਫਿਰ ਜਿਹੜਾ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਆ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਨਿਰਭਰ ਕਰਦੇ ਨੇ, ਗੁਜ਼ਾਰਾ ਕਰਦੇ ਨੇ, ਉਹਨਾਂ ਦੀ ਸਥਿਤੀ ਦੇ ਵਿੱਚ ਕੋਈ ਉਮੀਦ ਹੈ ਕਿ ਸੁਧਾਰ ਆਵੇਗਾ? ਦੇਖੋ, ਪਤਾ ਕੀ ਹੈ, ਇਹ ਇੱਕ ਤਾਂ ਹੈ ਕਿ ਸੁਧਾਰ ਆਊਗਾ ਕਿ ਨਹੀਂ, ਸੁਧਾਰ ਆਉਣਾ ਕਿਵੇਂ ਆ ਕਿ ਜਿੰਨੀ ਦੇਰ ਤੱਕ ਇਹ ਸੈਟਅਪ ਨਹੀਂ ਚੇਂਜ ਹੁੰਦਾ, ਜਿਸ ਸੈਟਅਪ ਦੇ ਵਿੱਚ ਇਹ ਨਾ ਬਰਾਬਰੀ ਜਿਹੜੀ ਉਹਨੂੰ ਪੋਸ਼ਣ ਕਰਦੀ ਹੈ ਇਸ ਨਾ ਬਰਾਬਰੀ ਨੂੰ, ਠੀਕ ਆ। ਜਿੱਥੋਂ ਤੱਕ ਹੈਗਾ ਕਿ ਕਿਸਾਨੀ ਦੇ ਵਿੱਚ ਨੇ ਔਰਤਾਂ, ਉਹ ਕਿਸਾਨੀ ਦੀਆਂ ਔਰਤਾਂ ਦਾ ਇੱਕ ਮਸਲਾ ਹੱਲ ਆ ਕਿ ਉਹ ਆਰਥਿਕ ਤੌਰ ਦੇ ਉੱਤੇ ਜਿਹੜਾ ਆ, ਚਾਹੇ ਉਹ ਘਰ ਦੇ ਮਰਦ 'ਤੇ ਡਿਪੈਂਡ ਨੇ, ਪਰ ਫਿਰ ਵੀ ਉਹਨਾਂ ਨੂੰ ਆਏ ਆ ਕਿ ਆਪਣੇ ਰੋਜ਼ੀ ਰੋਟੀ ਵਾਸਤੇ ਬਾਹਰ ਨਹੀਂ ਜਾਣਾ ਪੈਂਦਾ, ਉਹਨਾਂ ਦਾ ਰੋਜ਼ੀ ਰੋਟੀ ਦਾ ਮਸਲਾ ਤਾਂ ਹੱਲ ਆ। ਪਰ ਇੱਕ ਵਰਗ ਸਾਡੇ ਸਮਾਜ ਦਾ ਦਲਿਤ ਜਾਂ ਮਜ਼ਦੂਰ ਵਰਗ ਕਹਿ ਸਕਦੇ ਆ, ਵੱਡੀ ਗਿਣਤੀ ਮਜ਼ਦੂਰਾਂ ਦੇ ਵਿੱਚ ਜਿਹੜੇ ਨੇ 98% ਦਲਿਤ ਨੇ ਉਹ ਔਰਤਾਂ। ਪਿਛਲੇ ਦਿਨੀ ਡਾਕਟਰ ਗਿਆਨ ਸਿੰਘ ਹੋਰਾਂ ਨੇ ਇੱਕ ਸਰਵੇਖਣ ਕੀਤਾ ਪੇਂਡੂ ਮਜ਼ਦੂਰਾਂ ਔਰਤਾਂ ਦੇ ਉੱਪਰ, ਤਾਂ ਉਹਨਾਂ ਨੇ ਇਹ ਕੀਤਾ ਕਿ ਉਹਨਾਂ ਦੇ ਵਿੱਚੋਂ ਜੇ ਤੁਹਾਨੂੰ ਸਰਵੇਖਣ ਦੱਸੀਏ ਕਿ ਅੱਜ ਵੀ 40% ਘਰ ਇੱਦਾਂ ਦੇ ਨੇ ਜਿੱਥੇ ਰਸੋਈ ਨਹੀਂ ਹੈ, ਉਹਨਾਂ ਦੇ ਕੋਲ ਇੱਕ ਕਮਰਾ ਜਿਹਦੇ ਵਿੱਚ ਉਹ ਸਰਵਾਈਵ ਕਰਦੇ ਨੇ। ਇਸ ਤੋਂ ਬਿਨਾਂ ਜਿੱਥੋਂ ਤੱਕ ਹਰ ਤਰ੍ਹਾਂ ਦੀ ਬਰਾਬਰੀ ਦਾ ਸਵਾਲ ਆ, ਲਿੰਗਕ ਸ਼ੋਸ਼ਣ ਦਾ ਸਵਾਲ ਆ ਕਿ ਜਦੋਂ ਉਹ ਬਗਾਨੇ ਖੇਤਾਂ ਦੇ ਵਿੱਚ ਜਾ ਕੇ ਕੰਮ ਕਰਦੀਆਂ ਨੇ, ਤਾਂ ਉਹਦੇ 'ਤੇ ਇੱਕ ਸਵਾਲ ਸੀ ਵੀ ਕੀ ਤੁਹਾਡੇ ਨਾਲ ਕਦੇ ਸ਼ੋਸ਼ਣ ਹੋਇਆ ਜਾਂ ਕੀ ਤੁਹਾਡੇ ਨਾਲ ਕਦੇ ਇਸ ਤਰ੍ਹਾਂ ਦਾ ਕੁਛ ਵਾਪਰਿਆ, ਤਾਂ ਉਸ ਦੇ ਵਿੱਚ ਤੁਸੀਂ ਐਂ ਦੇਖੋ ਕਿ 70 ਔਰਤਾਂ ਚੁੱਪ ਰਹਿੰਦੀਆਂ ਨੇ, ਜਿਹੜੀਆਂ 25 ਔਰਤਾਂ ਕਹਿੰਦੀਆਂ ਵੀ ਨਹੀਂ ਸਾਡੇ ਨਾਲ ਨਹੀਂ ਹੋਇਆ, 5 ਔਰਤਾਂ ਹਾਂ ਕਰਦੀਆਂ ਨੇ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਆ ਕਿ ਜਿਹੜੀਆਂ ਔਰਤਾਂ ਸਮਾਜ ਦੇ ਵਿੱਚ ਆਰਥਿਕ ਤੌਰ 'ਤੇ ਵੀ ਪਛੜੀਆਂ ਨੇ, ਜਾਤ ਦੇ ਤੌਰ 'ਤੇ ਵੀ ਉਹਨਾਂ ਦਾ ਸਥਾਨ ਦੂਜਾ ਆ, ਅਤੇ ਤੀਜੇ ਤੌਰ ਦੇ ਉੱਤੇ ਉਹ ਔਰਤਾਂ ਨੇ, ਸਮਾਜ ਦੀ ਸਭ ਤੋਂ ਹੇਠਲੀ ਪੌੜੀ ਦੇ ਉੱਤੇ ਬੈਠੀਆਂ ਸਾਡੀਆਂ ਉਹ ਦਲਿਤ ਔਰਤਾਂ ਨੇ। ਅਤੇ ਅੱਜ ਜੇ ਲੜਾਈ ਦੀ ਲੋੜ ਆ, ਉਹਨਾਂ ਔਰਤਾਂ ਨੂੰ ਕਿਤੇ ਵੱਧ ਸ਼ਿੱਦਤ ਦੇ ਨਾਲ ਅੱਗੇ ਆਉਣ ਦੀ ਲੋੜ ਆ, ਕਿਉਂਕਿ ਸਭ ਤੋਂ ਵੱਧ ਸਮਾਜ ਦੇ ਵਿੱਚ ਉਹਨਾਂ ਦੇ ਨਾਲ ਹੁੰਦਾ, ਪਰ ਇਹ ਜ਼ਿੰਮੇਵਾਰੀ ਉਹਨਾਂ ਨੂੰ ਇੱਥੋਂ ਤੱਕ ਲਿਆਉਣ ਦੀ ਕਿਹਨਾਂ ਦੀ ਆ, ਜਿਹੜੀਆਂ ਸਾਡੀਆਂ ਲੜਕੀਆਂ ਨੂੰ ਇਹ ਮੌਕਾ ਮਿਲ ਗਿਆ ਕਿ ਉਹ ਪੜ੍ਹ ਲਿਖ ਗਈਆਂ ਨੇ, ਅੱਜ ਉਹ ਬਾਹਰ ਨਿਕਲਣ ਦਾ ਉਹਨਾਂ ਨੂੰ ਮੌਕਾ ਮਿਲਿਆ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹ ਵਰਗ ਜਿਹੜਾ ਪਿੱਛੇ ਰਹਿ ਗਿਆ, ਜਿੰਨਾ ਤੱਕ ਉਹ ਚੀਜ਼ ਨਹੀਂ ਪਹੁੰਚੀ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਨੂੰ ਅਵੇਅਰ ਕਰੀਏ ਅਤੇ ਉਹਨਾਂ ਨੂੰ ਮੈਦਾਨ ਦੇ ਵਿੱਚ ਲੈ ਕੇ ਆਈਏ ਕਿ ਸਾਨੂੰ ਇਸ ਨਾ ਬਰਾਬਰੀ ਦੇ ਖਿਲਾਫ, ਚਾਹੇ ਉਹ ਆਰਥਿਕ ਤੌਰ 'ਤੇ ਆ, ਚਾਹੇ ਉਹ ਸਮਾਜਿਕ ਤੌਰ 'ਤੇ ਆ, ਚਾਹੇ ਉਹ ਲਿੰਗਕ ਤੌਰ 'ਤੇ ਆ, ਸਾਨੂੰ ਇਸ ਸਾਰੀ ਤਰ੍ਹਾਂ ਦੀਆਂ ਨਾ ਬਰਾਬਰੀਆਂ ਦੇ ਖਿਲਾਫ ਡਟਣ ਦੀ ਲੋੜ ਹੈ। ਬਿਲਕੁਲ, ਅਕਸਰ ਚਰਚਾ ਕਰਦੇ ਹੁੰਦੇ ਹਾਂ, ਸੁਣਦੇ ਹੁੰਦੇ ਹਾਂ ਕਿ ਜਦੋਂ ਤੁਸੀਂ ਘਰ ਦੇ ਵਿੱਚ ਧੀ ਨੂੰ ਸਮਝਾਉਂਦੇ ਹੋ ਤਾਂ ਨਾਲ ਪੁੱਤਰ ਨੂੰ ਸਮਝਾਉਣਾ ਜ਼ਿਆਦਾ ਜ਼ਰੂਰੀ ਹੁੰਦਾ ਵੀ ਤੂੰ ਸਮਾਜ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਵਿਚਰਨਾ, ਤੂੰ ਇੱਕ ਕੁੜੀ ਦੇ ਨਾਲ ਕਿਸੇ ਔਰਤ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ, ਉਹ ਜ਼ਿਆਦਾ ਜ਼ਰੂਰੀ ਬਣ ਜਾਂਦਾ ਹੈ। ਅਤੇ ਹੱਕਾਂ ਦੀ ਗੱਲ ਸਰਕਾਰਾਂ ਵੀ ਕਰਦੀਆਂ ਨੇ ਅਮਨ, ਕਿਉਂਕਿ ਪਿੱਛੇ ਜੇ ਮਹਿਲਾ ਰਾਖਵਾਂਕਰਨ ਜਿਹੜਾ ਬਿੱਲ ਸੀਗਾ ਉਹਨੂੰ ਲਿਆਂਦਾ ਗਿਆ, ਸਾਰਾ ਰੂਪ ਦੇਤਾ, ਕਾਨੂੰਨ ਵੀ ਬਣ ਗਿਆ, ਅਤੇ ਸਰਕਾਰ ਕਹਿੰਦੀ ਵੀ ਅਸੀਂ ਅਜੇ ਲਾਗੂ ਨਹੀਂ ਕਰਨਾ। ਸਰਕਾਰਾਂ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੇਖਦੇ ਹੋ? ਕਿੰਨੇ ਕੁ ਜਿਹੜੇ ਮੰਨ ਲਓ ਭਾਵੇਂ ਜਿਹੜੇ ਵਾਅਦੇ ਕੀਤੇ ਜਾਂਦੇ ਨੇ, ਇਸ ਤੋਂ ਇਲਾਵਾ ਜਿਵੇਂ ਕਹਿੰਦੇ ਨਾ ਅੱਜ ਕੱਲ੍ਹ ਉਹ ਸ਼ਬਦ ਹੋ ਗਿਆ ਕਿ ਮੁਫਤ ਦੀਆਂ ਰਿਉੜੀਆਂ ਵੰਡਣ ਵਾਲਾ ਕੰਮ, ਉਹਨੂੰ ਕਿੱਥੇ ਕੁ ਦੇਖਦੇ ਹੋ? ਅਤੇ ਇੱਕ ਜਿਹੜੀ ਮਨਸਾ ਹੁੰਦੀ ਹੈ ਕਿ ਜਿਵੇਂ ਹੁਣ 1000 ਵਾਲੀ ਗੱਲ ਹੋ ਗਈ ਵੀ 1000 ਰੁਪਈਆ ਮਹੀਨਾ ਅਸੀਂ ਔਰਤਾਂ ਨੂੰ ਦੇਵਾਂਗੇ, ਅਤੇ ਉੱਧਰੋਂ ਕਾਂਗਰਸ ਨੇ ਉਦੋਂ ਵੀ ਵਧਾ ਕੇ ਦਿੱਤਾ ਵੀ ਅਸੀਂ ਇੱਕ ਨਵੀਂ ਯੋਜਨਾ ਲਿਆਵਾਂਗੇ ਉਹਦੇ ਵਿੱਚ 1,00,000 ਰੁਪਈਆ ਸਾਲ ਦਾ ਦਿਆ ਕਰਾਂਗੇ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਉਹਦੇ ਉੱਤੇ ਕਿਉਂ ਨਿਰਭਰ ਨੇ ਉਹ, ਅਤੇ ਜਿਹੜੇ ਸਰਕਾਰ ਦੇ ਵਾਅਦੇ ਨੇ, ਦਾਅਵੇ ਨੇ, ਜਿਵੇਂ ਹੁਣ ਰਾਖਵਾਂਕਰਨ ਬਿੱਲ ਆ, ਉਹ ਕਿਉਂ ਨਹੀਂ ਲਾਗੂ ਹੁੰਦੇ? ਕੀ ਔਰਤਾਂ ਅੱਗੇ ਨਹੀਂ ਆਉਂਦੀਆਂ ਜਾਂ ਫਿਰ ਸਰਕਾਰਾਂ ਸਿਰਫ ਆਪਣੇ ਵਾਸਤੇ ਹੀ ਕਰਦੀਆਂ ਨੇ? ਦੇਖੋ, ਜਿੰਨੀ ਦੇਰ ਤੱਕ ਸਮਾਜ ਦੇ ਵਿੱਚ ਔਰਤ ਇੱਕ ਇੰਡੀਪੈਂਡੈਂਟ ਮਨੁੱਖ ਨਹੀਂ ਹੈ,
ਅਸੀਂ ਦੇਖਦੇ ਆ ਨਾ ਕਿ ਉਹ ਡਿਪੈਂਡੈਂਟ ਆ, ਜੇ ਉਹ ਧੀ ਆ ਤਾਂ ਉਹ ਪਿਓ ਦੇ ਉੱਤੇ ਡਿਪੈਂਡ ਹੈਗੀ ਆ, ਜੇ ਉਹ ਮੈਰਿਡ ਆ ਤਾਂ ਆਪਣੇ ਹਸਬੈਂਡ ਦੇ ਉੱਪਰ ਡਿਪੈਂਡ ਆ, ਤੇ ਜੇ ਉਹ ਵਿਆਹੀ ਹੋਈ ਆ ਬੱਚੇ ਨੇ ਤੇ ਉਹ ਆਪਣੇ ਪੁੱਤ ਤੇ ਡਿਪੈਂਡ ਆ। ਜਿੰਨੀ ਦੇਰ ਤੱਕ ਉਹ ਆਜ਼ਾਦਾਨਾ ਤੌਰ ਦੇ ਉੱਤੇ ਆਪਣੀ ਜ਼ਿੰਦਗੀ ਦੇ ਡਿਸੀਜਨ ਨਹੀਂ ਕਰਦੇ, ਓਨੀ ਦੇਰ ਤੱਕ ਅਸੀਂ ਕਹਾਂਗੇ ਠੀਕ ਆ ਇਹ ਇੱਕ ਰੋਲ ਪਲੇ ਕਰ ਸਕਦੇ ਆ, ਪਰ ਉਹ ਚ ਮਨਸ਼ਾ ਕੀ ਆ? ਮੰਨ ਲਓ ਹੁਣ ਸਰਪੰਚੀ ਦੇ ਵਿੱਚ ਔਰਤਾਂ ਨੂੰ ਰਾਖਵਾਂ ਕਰਨਾ, ਮੰਨ ਲਓ ਪੰਚਾਇਤੀ ਚੋਣਾਂ ਦੇ ਵਿੱਚ ਆਪਾਂ ਭਲੀ ਭਾਂਤੀ ਜਾਣਦੇ ਹਾਂ ਕਿ ਸਰਪੰਚ ਔਰਤ ਹੋਊਗੀ ਪਰ ਸਰਪੰਚੀ ਉਹਦਾ ਘਰ ਵਾਲਾ ਕਰਦਾ ਜੀ, ਇਹ ਅਸਲੀ ਰੂਪ ਆ, ਕਿਉਂਕਿ ਤੁਸੀਂ ਕਾਨੂੰਨ ਬਣਾਤਾ ਪਰ ਕਾਨੂੰਨ ਦੇ ਮੁਤਾਬਕ ਸਮਾਜ ਨਹੀਂ ਬਦਲਿਆ ਸਾਡਾ। ਜੇ ਤੁਸੀਂ ਉਸ ਸਮਾਜ ਨੂੰ ਬਦਲਣ ਦੇ ਲਈ ਕੁਛ ਕਰਨਾ ਹੀ ਨਹੀਂ ਹੈ, ਉਸ ਸਮਾਜ ਨੂੰ ਬਦਲਣ ਦੇ ਲਈ ਕੋਈ ਜਿਹੜਾ ਉਹਦਾ ਹੇਠਲਾ ਢਾਂਚਾ ਉਹ ਤਾਂ ਚੇਂਜ ਨਹੀਂ ਹੋਇਆ, ਮਾਨਸਿਕਤਾ ਉਹ ਪਈ ਆ, ਤਾਂ ਫਿਰ ਇਹ ਕਾਨੂੰਨ ਕੀ ਰੋਲ ਪਲੇ ਕਰ ਸਕਦੇ ਆ? ਮੰਨ ਲਓ ਅੱਜ ਇਹ ਕਾਨੂੰਨ ਲੈ ਆਉਂਦਾ, ਸਾਨੂੰ ਸਾਫ਼ ਸਾਫ਼ ਸਮਝ ਆਉਂਦਾ ਵੀ ਇਹ ਚੋਣ ਸਟੰਟ ਹੈਗਾ ਆ, ਠੀਕ ਆ, ਕਿਉਂਕਿ ਜਦੋਂ ਤੁਸੀਂ ਲਾਗੂ ਹੀ 29 'ਚ ਕਰਨਾ ਜਾ ਕੇ, ਠੀਕ ਆ, ਉਹਦੇ ਵਿੱਚ ਵੀ ਬਹੁਤ ਸਾਰੇ ਲੂਪ ਹੋਲਸ ਹੈਗੇ ਨੇ, ਤੇ ਜੇ ਤੁਸੀਂ ਲਾਗੂ ਉਦੋਂ ਕਰਨਾ ਤਾਂ ਫਿਰ ਲਿਆਉਣ ਦਾ ਹੁਣ ਕੀ ਤੁੱਕ ਬਣਦਾ? ਦੂਸਰਾ, ਔਰਤਾਂ ਦੇ ਪ੍ਰਤੀ ਤੁਹਾਡੀ ਅੰਡਰਸਟੈਂਡਿੰਗ ਤਾਂ ਸਾਫ਼ ਸਾਫ਼ ਸਮਝ ਆਉਂਦੀ ਆ ਕਿ ਜਦੋਂ ਓਲੰਪੀਅਨ ਕੁੜੀਆਂ ਜਿਹੜੀਆਂ ਦੇਸ਼ ਦਾ ਮਾਨ ਸਨਮਾਨ ਵਧਾਉਣ ਵਾਲੀਆਂ ਸੀਗੀਆਂ, ਉਹਨਾਂ ਨੂੰ ਤਾਂ ਤੁਸੀਂ ਸੜਕਾਂ ਦੇ ਉੱਤੇ ਰੋਲਿਆ, ਤੇ ਉਹਨਾਂ ਦਾ ਸ਼ੋਸ਼ਣ ਕਰਨ ਵਾਲੇ ਬੰਦੇ ਨੂੰ ਤੁਸੀਂ ਮਤਲਬ ਐਵੇਂ ਟੱਚ ਤੱਕ ਨਹੀਂ ਹੋਣ ਦਿੱਤਾ, ਉਹ ਮੁੜ ਉਸ ਸੱਤਾ ਦੇ ਵਿੱਚ ਆ ਜਾਂਦਾ ਆ। ਬਲਕੀਜ਼ ਬਾਨੋ ਵਰਗੀ ਜਿਹੜੀ ਇੰਨੇ ਸਾਲ ਲੜ ਕੇ CBI ਦੀ ਜਾਂਚ ਤੋਂ ਬਾਅਦ ਉਹ ਦੋਸ਼ੀਆਂ ਨੂੰ ਸਜ਼ਾ ਮਿਲਦੀ, ਤੁਸੀਂ ਝੱਟ ਵਿੱਚ ਉਹਨਾਂ ਬੰਦਿਆਂ ਨੂੰ ਛੱਡ ਦਿੰਦੇ ਹੈਗੇ, ਠੀਕ ਹੈ, ਤਾਂ ਇਹ ਜਿਹੜੀ ਚੀਜ਼ ਆ ਇਹ ਸਾਨੂੰ ਸਾਫ਼ ਸਾਫ਼ ਸਮਝ ਆਉਂਦੀ ਹੈਗੀ ਆ। ਪਰ ਜੇ ਕਾਨੂੰਨ ਕੋਈ ਬਣੇ, ਜੇ ਤੁਸੀਂ ਡੋਰੀ ਵਾਲਾ ਕਾਨੂੰਨ ਦੇਖਦੇ ਹੋ, ਇਹ ਕਾਨੂੰਨ ਵੀ ਔਰਤਾਂ ਦੇ ਸੰਘਰਸ਼ ਕਰਕੇ ਬਣਵਾਇਆ ਪਰ ਲਗਾਤਾਰ ਉਹਨੂੰ ਹੋਰ ਹੋਰ ਜਿਹੜਾ ਬਿਲਕੁਲ ਇੱਕ ਨਿਕੰਮਾ ਕਾਨੂੰਨ ਬਣਾ ਦਿੱਤਾ ਜਾ ਰਿਹਾ ਆ। ਇਸੇ ਤਰ੍ਹਾਂ ਤੁਸੀਂ ਦੇਖੋ ਕਿ 12 ਦੇ ਵਿੱਚ ਜਦੋਂ ਨਿਰਭਯਾ ਆਇਆ, ਨਿਰਭਯਾ ਵਾਲੀ ਉਹ ਘਟਨਾ ਵਾਪਰਦੀ ਹੈ ਲੜਕੀ ਦੇ ਨਾਲ, ਉਸ ਸਮੇਂ ਜਿਹੜਾ ਆ ਇੱਕ ਨਵਾਂ ਕਾਨੂੰਨ ਲੈ ਕੇ ਆਇਆ ਜਾਂਦਾ ਜਿਹੜਾ 354 ਦਾ ਸੀ, ਉਹਨੂੰ ਕਹਿੰਦੇ ਆ ਕਿ ਸੈਕਸੁਅਲ ਵਾਇਲੈਂਸ, ਵੀ ਜੇ ਤੁਸੀਂ ਕਿਸੇ ਦਾ ਪਿੱਛਾ ਕਰਦੇ ਹੋ, ਹੋਰ ਸਾਰਾ ਕੁਛ, ਇਹ ਇਸ ਘੇਰੇ 'ਚ ਆਉਂਦੇ ਆ। ਪਰ ਇਹ ਕਾਨੂੰਨ ਜਿਹੜੇ ਆ ਕਿਤੇ ਨਾ ਕਿਤੇ ਜਦੋਂ ਲਾਗੂ ਕਰਨ ਦਾ ਸਵਾਲ ਆ ਤਾਂ ਉਦੋਂ ਸਾਡਾ ਸਮਾਜ ਹੱਥ ਪਿੱਛੇ ਖਿੱਚ ਲੈਂਦਾ ਹੈ, ਪੁਲਿਸ ਉਹਨਾਂ ਬੰਦਿਆਂ ਨੂੰ ਫੜਦੀ ਨਹੀਂ ਹੈ, ਤਾਂ ਕਿਤੇ ਨਾ ਕਿਤੇ ਇਹ ਥੱਲੇ ਜਾ ਕੇ ਇਹ ਕਾਨੂੰਨ ਦਮ ਤੋੜਦੇ ਆ, ਕਿਉਂਕਿ ਥੱਲੇ ਸਿਸਟਮ ਪੂਰੇ ਦਾ ਪੂਰਾ ਉਹ ਪਿੱਤਰ ਸੱਤਾ ਦੇ ਨਾਲ ਭਰਿਆ ਹੋਇਆ, ਪੁਲਿਸ ਵੀ ਉਸ ਤਰ੍ਹਾਂ ਹੀ ਬਿਹੇਵ ਕਰਦੀ ਆ। ਤਾਂ ਇਹ ਸਾਰੀ ਚੀਜ਼ ਨੂੰ ਵੀ ਬਦਲਣ ਦੀ ਲੋੜ ਆ, ਸਿਰਫ ਕਾਨੂੰਨ ਨਹੀਂ ਬਲਕਿ ਟੋਟਲ ਸੈਟਅਪ ਚੇਂਜ ਕਰਨ ਦੀ ਲੋੜ ਹੈਗੀ ਜੀ। ਬਿਲਕੁਲ ਅਮਨ, ਆਪਾਂ ਗੱਲ ਕਰ ਰਹੇ ਹਾਂ ਕਿ ਮਹਿਲਾਵਾਂ ਨੂੰ, ਔਰਤਾਂ ਨੂੰ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਆ, ਕਿਵੇਂ ਮਿਲਣੇ ਚਾਹੀਦੇ ਆ, ਅਤੇ ਤੁਸੀਂ ਜਿਸ ਤਰ੍ਹਾਂ ਦੇ ਉਪਰਾਲੇ ਕਰ ਰਹੇ ਹੋ ਆਪਣੇ ਇਸਤਰੀ ਜਾਗਰਤੀ ਮੰਚ ਵੱਲੋਂ, ਉਹਦੇ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਦਿਓ ਕਿ ਕਿਸ ਪੱਧਰ ਦੇ ਉੱਤੇ, ਕਿਸ ਲੈਵਲ ਦੇ ਉੱਤੇ ਜਾ ਕੇ ਤੁਸੀਂ ਔਰਤਾਂ ਨੂੰ ਜਾਗਰੂਕ ਕਰਦੇ ਹੋ। ਦੇਖੋ, ਜਿਵੇਂ ਮੰਨ ਲਓ ਕਿ ਅਸੀਂ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਉਹਨਾਂ ਔਰਤਾਂ ਦੀਆਂ ਕਮੇਟੀਆਂ ਬਣਾਉਂਦੇ ਹੈਗੇ ਆ, ਅਤੇ ਜਿਹੜੀਆਂ ਵਰਕਿੰਗ ਨੇ ਉਹਨਾਂ ਦੀਆਂ ਵੱਖਰੀ ਤਰ੍ਹਾਂ ਦੀਆਂ ਕਮੇਟੀਆਂ ਬਣਦੀਆਂ। ਮਸਲਾ ਕੀ ਆ ਕਿ ਉਹਨਾਂ ਦੇ ਜਿਹੜੇ ਰੋਜ਼ਮਰ੍ਹਾ ਦੀ ਲਾਈਫ ਦੇ ਇਸ਼ੂਜ਼ ਨੇ ਜਿੱਥੇ ਉਹਨਾਂ ਨਾਲ ਜੁੜਦੇ ਆ, ਬਾਕੀ ਜਿਵੇਂ ਕਿਸੇ ਬੱਚੇ ਨਾਲ ਕੋਈ, ਕਿਸੇ ਨਾਲ ਕੋਈ ਧੱਕਾ ਹੁੰਦਾ ਤਾਂ ਉਸ ਤਰ੍ਹਾਂ ਦੇ ਜਦੋਂ ਇਸ਼ੂ ਆਉਂਦੇ ਆ ਉਹਦੇ 'ਚ, ਜੋ ਵੀ ਮੰਨ ਲਓ, ਚਾਹੇ ਉਹ ਸਰਕਾਰ, ਮੰਨ ਲਓ ਕਹਿ ਲਈ ਵਕੀਲ ਦੀ ਗੱਲ ਹੈਗੀ ਆ ਕਿ ਉਹਨਾਂ ਨੂੰ ਕਾਨੂੰਨੀ ਇੱਕ ਤਰ੍ਹਾਂ ਨਾਲ ਗਾਈਡ ਕਰਨ ਦਾ ਸਵਾਲ ਆ, ਇਹ ਸਾਰੇ ਤਰ੍ਹਾਂ ਦਾ ਕੰਮ ਉਹਦੇ ਵਿੱਚ ਆਉਂਦਾ ਹੈਗਾ। ਮੇਨ ਹੈਗਾ ਕਿ ਅਸੀਂ ਔਰਤਾਂ ਨੂੰ ਇਸ ਸਾਰੀ ਚੀਜ਼ ਦੇ ਖਿਲਾਫ ਸਟਰਗਲ ਲਈ ਪ੍ਰੇਰਿਤ ਕਰਦੇ ਹਾਂ ਕਿ ਸਾਨੂੰ ਇਹਦੇ ਖਿਲਾਫ ਸਟਰਗਲ ਕਰਨੀ ਚਾਹੀਦੀ ਆ, ਕਿਉਂਕਿ ਜਦੋਂ ਕੋਈ ਚੀਜ਼ ਅਸੀਂ ਸਟਰਗਲ ਕਰਕੇ ਲੈਂਦੇ ਹਾਂ
ਤਾਂ ਉਹ ਜਦੋਂ ਸਾਡੇ ਤੋਂ ਖੋਈ ਜਾਂਦੀ ਹੈ ਨਾ ਤਾਂ ਸਾਨੂੰ ਉਹਦੀ ਤਕਲੀਫ ਹੁੰਦੀ ਹੈਗੀ, ਫਿਰ ਸਾਨੂੰ ਉਹਦੀ ਕੀਮਤ ਵੀ ਪਤਾ। ਜਦੋਂ ਕੋਈ ਚੀਜ਼ ਸਾਨੂੰ ਐਵੇਂ ਮਿਲਦੀ ਹੈ ਨਾ, ਸ਼ਾਇਦ ਸਾਨੂੰ ਉਹਦੀ ਅਹਿਮੀਅਤ ਉਸ ਤਰ੍ਹਾਂ ਦੇ ਨਾਲ ਨਹੀਂ ਪਤਾ, ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਉਹ ਔਰਤਾਂ ਆਪਣੀ ਸਥਿਤੀ ਨੂੰ ਬਦਲਣ ਦੇ ਲਈ ਮੈਦਾਨ ਦੇ ਵਿੱਚ ਆਉਣ, ਅੱਗੇ ਆ ਕੇ ਡਟਣ, ਤਾਂ ਕਿ ਇਹ ਆਲਾ ਦੁਆਲਾ ਜਿਹੜਾ ਇੰਨਾ ਕੁ ਜ਼ਿਆਦਾ ਇਸ ਬੱਚੀਆਂ ਦੇ ਲਈ ਜਿਹੜਾ ਕਹਿ ਸਕਦੇ ਹਾਂ ਕਿ ਰਹਿਣ ਯੋਗ ਨਹੀਂ ਹੈ। ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਕਿ ਆਹ 3 ਦਿਨ ਹੋ ਗਏ ਆ ਕਿ ਰੋਹੀੜੇ ਪਿੰਡ ਦੇ ਵਿੱਚ ਇੱਕ ਘਟਨਾ ਵਾਪਰੀ ਕਿ ਉਹ ਬੱਚੀ 3 ਸਾਲ ਦੀ ਬੱਚੀ ਨੇ ਰੇਪ ਕਰਕੇ ਉਹਨੇ ਅੰਦਰ ਹੀ ਆਪਣੇ ਕਮਰੇ ਦੇ ਵਿੱਚ ਥੈਲੇ 'ਚ ਬੰਨਿਆ ਹੋਇਆ ਸੀਗਾ। ਕਿ ਅਸੀਂ ਇਸ ਤਰ੍ਹਾਂ ਦਾ ਸਮਾਜ ਚਿਤਵਦੇ ਹਾਂ ਸਾਡੀਆਂ ਲੜਕੀਆਂ ਦੇ ਲਈ? ਤਾਂ ਜੇ ਇਹ ਸਾਰਾ ਕੁਛ ਬਦਲਣਾ ਤਾਂ ਉਹਦੇ ਲਈ ਸਾਡੀਆਂ ਔਰਤਾਂ ਨੂੰ ਅੱਗੇ ਆਉਣਾ ਪਊਗਾ, ਸਾਡੀਆਂ ਬੱਚੀਆਂ ਨੂੰ ਅੱਗੇ ਆ ਕੇ ਬੋਲਣਾ ਪਊਗਾ, ਇਸ ਨੂੰ ਆਲੇ ਦੁਆਲੇ ਨੂੰ ਬਦਲਣਾ ਪਊਗਾ। ਜੀ ਬਿਲਕੁਲ ਜੀ ਅਮਨ, ਤੁਹਾਡੇ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਇਸਤਰੀ ਜਾਗਰਤੀ ਮੰਚ ਵੱਲੋਂ ਕਾਫੀ ਕਾਬਿਲ ਤਾਰੀਫ ਨੇ, ਕਿਉਂਕਿ ਅੱਜ ਲੋੜ ਵੀ ਹੈ। ਅਸੀਂ ਬਰਾਬਰਤਾ ਦੀ ਗੱਲ ਜ਼ਰੂਰ ਕਰਦੇ ਹਾਂ ਕਿ ਹਰ ਕੁਝ ਬਰਾਬਰ ਹੋ ਜਾਵੇ, ਔਰਤ ਮਰਦ ਦੇ ਬਰਾਬਰ ਆ ਜਾਵੇ, ਦਫ਼ਤਰਾਂ ਦੇ ਵਿੱਚ ਵੀ ਦੇਖਦੇ ਹਾਂ, ਪਰ ਜਿਹੜੇ ਹੱਕ ਨੇ ਉਹ ਹੱਕ ਉਹਨਾਂ ਨੂੰ ਪੂਰੇ ਨਹੀਂ ਮਿਲਦੇ। ਇਸ ਵਿਸ਼ੇ ਦੇ ਉੱਤੇ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਸਾਡੇ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਅਗਲੇ ਐਪੀਸੋਡ ਦੇ ਵਿੱਚ ਗੱਲ ਸੱਚੀਏ ਪ੍ਰੋਗਰਾਮ ਦੇ ਵਿੱਚ ਨਵੇਂ ਮੁੱਦੇ ਦੇ ਉੱਤੇ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗੇ। ਆਗਿਆ ਦਿਓ, ਧੰਨਵਾਦ।